बंदा नहीं, ये तोप सी तोप जी ने उस सारे सिस्टम नूं उड़ाया जी ने हजारां साल सानू गुलाम रखिया। ते अज उह सोच नूं जाणिओ जरूर ते शेयर तुसी आपे कर देनी है, क्योंकि दोस्तों मैं गल करन लग्गिआ उस महान योधे दी जिने अपनी सिर्फ एक समझ दे नाल हजारां सालां दा जमूद जिहड़ा किसे तों वी नहीं टुट्टिआ ਉਹ ਬੰਦੇ ਨੇ ਤੋੜਿਆ ਵੀ। ਤੇ ਅੱਜ ਉਹਦੀ ਸੋਚ ਨੂੰ ਹਰੇਕ ਬੰਦੇ ਨੂੰ ਮੰਨਣਾ ਪੈ ਰਿਹਾ। ਮੈਂ ਗੱਲ ਕਰਦਾ ਡਾਕਟਰ ਬੀ ਆਰ ਅੰਬੇਦਕਰ ਦੀ, ਜਿਨ੍ਹਾਂ ਦਾ ਅੱਜ ਜਨਮ ਦਿਹਾੜਾ। ਤੇ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ, ਮੈਂ ਅਕਸਰ ਕਹਿਣਾ ਹੁੰਦਾ ਕਿ ਅਸਲ ਜਿਹੜਾ ਸਿੱਖ ਜਿਹੜੇ ਸਿੱਖ ਨੇ ਨਾ, ਸੱਚਾ ਸਿੱਖ ਮੈਂ ਡਾਕਟਰ ਬੀ ਆਰ ਅੰਬੇਦਕਰ ਨੂੰ ਮੰਨਦਾ, ਕਿਉਂਕਿ ਸਾਡੇ ਗੁਰੂ ਨੇ ਜਿਹੜਾ ਫਲਸਫਾ ਸਾਨੂੰ ਦਿੱਤਾ ਜਾਤਾਂ ਦਾ, ਕੋਟ ਕੱਢਣ ਦੀ ਗੱਲ ਕਹੀ ਸੀ। ਅੱਜ ਅਸੀਂ ਜਾਤਾਂ ਦੇ ਆਧਾਰ ਤੇ ਗੁਰੂ ਘਰ ਬਣਾਈ ਬੈਠੇ ਹਾਂ, ਫਿਰ ਅਸੀਂ ਕਾਹਦੇ ਸਿੱਖ ਹਾਂ? ਪਰ ਉਹਨਾਂ ਨੇ ਕਿਤੇ ਨਾ ਕਿਤੇ ਜਾਤਾਂ ਦਾ ਜਿਹੜਾ ਕੋਟ ਖਤਮ ਕਰਨ ਵਾਸਤੇ ਇੱਕ ਤਰੀਕਾ ਜਿਹੜਾ ਅਪਣਾਇਆ, ਤਰੀਕਾ ਕੀ ਸੀ? ਸਾਡੇ ਗੁਰੂਆਂ ਨੇ ਦੋਸਤੋ ਸਰਵ ਵਿਆਪੀ ਸੋਚ ਦੀ ਗੱਲ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਪਰ ਮੈਂ ਕਹਿਣਾ ਵੀ ਉਸ ਸੋਚ ਨੂੰ ਮਨ ਦੇ ਵਿੱਚ ਵਸਾ ਕੇ ਲਾਗੂ ਕਰਨ ਦੀ ਜਿਹੜੀ ਮੈਂ ਤਕਰੀਰ ਰੱਖੀ ਹੈ ਤੇ ਕੋਸ਼ਿਸ਼ ਕੀਤੀ, ਉਹ ਕਿਹਨੇ ਕੀਤੀ ਹੈ? ਡਾਕਟਰ ਬੀ ਆਰ ਅੰਬੇਦਕਰ। ਉਹਨਾਂ ਨੇ ਵੀ ਫਿਰ ਇੱਕ ਗ੍ਰੰਥ ਲਿਖਿਆ ਜਿਹੜਾ ਸੰਵਿਧਾਨ ਦੇ ਰੂਪ ਦੇ ਵਿੱਚ ਅੱਜ ਹਰੇਕ ਧਰਮ ਨੂੰ ਮੰਨਣਾ ਪੈ ਰਿਹਾ। ਕਿੱਡੀ ਵੱਡੀ ਗੱਲ ਹੈ, ਗੁਰੂ ਗ੍ਰੰਥ ਸਾਹਿਬ ਨੂੰ ਅੱਜ ਅਸੀਂ ਸਿੱਖ ਮੰਨਦੇ ਹਾਂ ਇਕੱਲੇ, ਤੇ ਮੈਂ ਕਹਿਣਾ ਦੁਨੀਆਂ ਸਾਰੀ ਮੰਨ ਜਾਂਦੀ ਜੇ ਕਿਤੇ ਉਹ ਸੋਚ ਨੂੰ ਪੂਰੀ ਦੁਨੀਆਂ 'ਚ ਸਪਰੈਡ ਕੀਤਾ ਜਾਂਦਾ। ਉਹ ਤਾਂ ਅਸੀਂ ਨਹੀਂ ਕਰ ਸਕੇ, ਪਰ ਉਸੇ ਸੋਚ ਦੀ ਗੱਲ ਕਰਦੇ ਹੋਏ ਤਰਜਮਾਨੀ ਕਰਦੇ ਜਿਹੜੀ ਕਿ ਸਾਰਿਆਂ ਨੂੰ ਇੱਕ ਸੂਤਰ 'ਚ ਪਰਾਉਂਦੀ ਹੈ ਸਾਡਾ ਸੰਵਿਧਾਨ, ਉਹਦੀ ਗੱਲ ਕਿਹਨੇ ਕੀਤੀ? ਤਾਂ ਫਿਰ ਉਹਨੂੰ ਮੈਂ ਕਹਿਣਾ ਵੀ ਮੈਂ ਤਾਂ ਸੱਚਾ ਸਿੱਖ ਵੀ ਮੰਨੂੰਗਾ, ਕਿਉਂਕਿ ਉਹਨਾਂ ਨੇ ਸਾਰੀਆਂ ਜਾਤਾਂ ਵੀ ਇਕੱਠੀਆਂ ਕੀਤੀਆਂ। ਤੇ ਅਗਲੀ ਜਿਹੜੀ ਗੱਲ ਹੈ ਦੋਸਤੋ, ਸਾਡੇ ਗੁਰੂ ਸਾਹਿਬ ਨੇ ਸਾਨੂੰ ਲੜਨਾ ਸਿਖਾਇਆ ਦਲੇਰੀ ਦੇ ਨਾਲ। ਅਸੀਂ ਲੜਦੇ ਕਿੱਥੇ ਹਾਂ ਯਾਰ? ਆਪਦੇ ਹੱਕਾਂ ਖਾਤਰ ਨਹੀਂ ਲੜਦੇ, ਉਹਨਾਂ ਮਜ਼ਲੂਮਾਂ ਦੀ ਰੱਖਿਆ ਖਾਤਰ ਸਾਡੇ ਗੁਰੂ ਨੇ ਸਾਨੂੰ ਲੜਨ ਦੇ ਲਈ ਕਿਹਾ। ਅਸੀਂ ਆਪਦੇ ਆਪ ਖਾਤਰ ਵੀ ਲੜਨ ਨੂੰ ਤਿਆਰ ਨਹੀਂ। ਅੱਜ ਕੌਮੀ ਇਨਸਾਫ ਮੋਰਚੇ 'ਚ ਚੰਡੀਗੜ੍ਹ ਕਿੰਨੇ ਕੁ ਲੋਕ ਪਹੁੰਚਦੇ ਤੁਹਾਡੇ ਤੋਂ? ਕਿਉਂਕਿ ਇਹ ਵੀ ਹੋਣ ਦੀ ਲੜਾਈ ਆ। ਹੁਣ ਡਾਕਟਰ ਬੀ ਆਰ ਅੰਬੇਦਕਰ ਨੇ ਦੋਸਤੋ ਇੱਕ ਗੱਲ ਕਹੀ ਸੀ, ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹੀ ਸੀ। ਉਹਨਾਂ ਨੇ ਕਹੀ ਕੀ ਸੀ? ਉਹ ਕਹਿੰਦੇ ਵੀ ਮੈਨੂੰ ਹਰੇਕ ਚੀਜ਼ ਨਾਲੋਂ ਪਹਿਲਾਂ ਆਪਣਾ ਵਰਗ ਆ, ਤੇ ਸਾਨੂੰ ਵੀ ਆਪਦੇ ਵਰਗ ਦੀ ਗੱਲ ਕਰਨੀ ਪਊ। ਜੇ ਸਾਡੇ ਘਰ ਨੂੰ ਅੱਗ ਲੱਗੀ, ਅਸੀਂ ਪਿੰਡ ਨੂੰ ਪਿੰਡ ਦੀ ਅੱਗ ਬੁਝਾਈਏ ਪਹਿਲਾਂ ਕਿ ਘਰ ਦੀ ਅੱਗ ਬੁਝਾਈਏ? ਅੱਜ ਮੁਲਕ ਦੀ ਗੱਲ ਅਸੀਂ ਕੀ ਹੈ ਕਰਨ ਨੂੰ ਤਿਆਰ ਹਾਂ, ਪਰ ਮੁਲਕ ਦੀ ਗੱਲ ਫੇਰ ਹੀ ਕਰਾਂਗੇ ਜੇ ਪਹਿਲਾਂ ਸਾਡਾ ਘਰ ਸੁਰੱਖਿਅਤ ਹੋਊ। ਅੱਜ ਅਸੀਂ ਗੱਲ ਕਰਦੇ ਹਾਂ ਜਿਹੜਾ ਨੈਸ਼ਨਲਿਜ਼ਮ ਦਾ ਰਾਸ਼ਟਰਵਾਦ, ਜਿਹੜਾ ਸਾਨੂੰ ਪਾਠ ਗਾਂਧੀ ਨੇ ਪੜ੍ਹਾਇਆ ਸੀ, ਉਹ ਪਾਠ ਨੂੰ ਵੀ ਸਾਨੂੰ ਸਮਝਣਾ ਪੈਣਾ, ਕਿਉਂਕਿ ਉਸ ਪਾਠ ਦਾ ਵਿਰੋਧੀ ਕੌਣ ਸੀ? ਡਾਕਟਰ ਬੀ ਆਰ ਅੰਬੇਦਕਰ। ਉਹ ਜਿਹੜਾ ਨੈਸ਼ਨਲਿਜ਼ਮ ਦੀ ਗੱਲ ਕਰਦੇ ਸੀ, ਉਹਨਾਂ ਨੇ ਕੀ ਕਿਹਾ ਸੀ? ਸਾਰੇ ਇਕੱਠੇ ਹੋ ਕੇ ਲੜੋ, ਪਰ ਇਕੱਠੇ ਹੋ ਕੇ ਤਾਂ ਹੀ ਲੜਾਂਗੇ ਨਾ ਜੇ ਪਹਿਲਾਂ ਅਸੀਂ ਆਪ ਸੁਰੱਖਿਅਤ ਹੋਵਾਂਗੇ। ਜਿਹੜੀ ਉਹਨਾਂ ਨੇ ਡਾਕਟਰ ਮਾਗੇ ਬੀ ਆਰ ਅੰਬੇਦਕਰ ਨੇ ਗਾਂਧੀ ਦਾ ਵਿਰੋਧ ਕਿਉਂ ਕੀਤਾ ਸੀ, ਉਹ ਗੱਲ ਨੂੰ ਸਮਝੋ ਜ਼ਰੂਰ। ਪੂਨਾ ਪੈਕਟ ਦੇ ਵਿੱਚ ਜਿਹੜਾ ਦੋਸਤੋ ਅਸਲ ਮਸਲਾ ਕੀ ਸੀ? ਕਿਉਂਕਿ ਬੀ ਆਰ ਅੰਬੇਦਕਰ ਨੇ ਇੱਕ ਗੱਲ ਕਹੀ ਸੀ ਕਿ ਹਰੇਕ ਵਰਗ ਨੂੰ ਹਰੇਕ ਵਰਗ ਉਸੇ ਵਰਗ ਦਾ ਬੰਦਾ ਚੁਣੇ। ਜਿਵੇਂ ਅਸੀਂ ਗੱਲ ਕਰਦੇ ਦੋਸਤੋ ਦਲਿਤ ਵਰਗ ਦਾ ਜਿਹੜਾ ਰਿਪ੍ਰੈਜੈਂਟੇਟਿਵ ਹੋਊਗਾ ਉਹਨੂੰ ਕੀ ਆ? ਦਲਿਤ ਵਰਗ ਦੇ ਲੋਕ ਹੀ ਚੋਣ, ਕਿਉਂਕਿ ਜਿਹੜਾ ਜਨਰਲ ਵਰਗ ਆ ਉਹ ਉਸ ਨੂੰ ਚੁਣੂਗਾ ਜਿਹੜਾ ਉਹਨਾਂ ਦੇ ਫਿੱਟ ਰਹਿੰਦਾ ਹੋਊ, ਉਸੇ ਦਲਿਤ ਨੂੰ ਕੀ ਚੋਣ ਕਰਨਗੇ। ਇਸੇ ਕਰਕੇ ਉਹਨਾਂ ਨੇ ਕਿਹਾ ਸੀ, ਪਰ ਫਿਰ ਗਾਂਧੀ ਮਰਵਰਤ ਤੇ ਬੈਠ ਗਏ, ਮਰਵਰਤ ਤੇ ਬੈਠ ਕੇ ਬਲੈਕਮੇਲ ਕੀਤਾ ਗਿਆ ਉਹਨਾਂ ਵੱਲੋਂ ਇਹਨਾਂ ਨੂੰ। ਤੇ ਲੋਕਾਂ ਨੇ ਕੀ ਸੋਚਿਆ? ਦਲਿਤ ਲੋਕਾਂ ਨੇ ਸੋਚਿਆ ਕਿ ਕਿਤੇ ਸਾਡੇ ਨਾਲ ਧੱਕਾ ਨਾ ਹੋ ਜਾਏ, ਅਸੀਂ ਐ ਨਾ ਹੋ ਜਾਈਏ, ਉਹਨਾਂ ਨੇ ਗਾਂਧੀ ਦੇ ਮਗਰ ਲੱਗੇ। ਤਾਂ ਫਿਰ ਡਾਕਟਰ ਬੀ ਆਰ ਅੰਬੇਦਕਰ ਨੂੰ ਕਿਤੇ ਨਾ ਕਿਤੇ ਉਹ ਗੱਲ ਨੂੰ ਛੱਡਣਾ ਪਿਆ। ਤੇ ਆਜ਼ਾਦੀ ਤੋਂ ਬਾਅਦ ਫਿਰ ਉਹਨਾਂ ਦੀ ਸਾਰੀ ਕਹੀ ਗੱਲ ਹੁਣ ਤੱਕ ਸਹੀ ਸਾਬਤ ਆਉਂਦੀ ਹੈ। ਕਿਸੇ ਵੀ ਪੋਲੀਟੀਕਲ ਪਾਰਟੀ ਦੇ ਵਿੱਚ ਜਿਹੜਾ ਕੀ ਹੈ ਦਲਿਤ ਵਰਗ ਦੇ ਨੁਮਾਇੰਦਿਆਂ ਨੂੰ ਜਿਹੜਾ ਸਤਿਕਾਰ ਮਿਲਦਾ ਤੁਸੀਂ ਬਿਹਤਰ ਜਾਣਦੇ ਹੋ। ਜੇ ਇਸ ਗੱਲ ਨਾਲ ਸਹਿਮਤ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਦੱਸਿਓ ਜ਼ਰੂਰ। ਤੇ ਅਗਲੀ ਗੱਲ ਦੋਸਤੋ, ਮੈਂ ਇੱਕ ਇਹ ਵੀ ਕਰਨੀ ਚਾਹੁੰਦਾ ਕਿ ਜਿਹੜੀਆਂ ਮਾਨਤਾਵਾਂ ਨੇ ਸਾਨੂੰ ਗੁਲਾਮ ਰੱਖਿਆ, ਸਮਾਜ ਸੁਧਾਰ ਦੀ ਗੱਲ ਅੱਜ ਦੀ ਆਜ਼ਾਦੀ ਤੋਂ ਪਹਿਲਾਂ ਵੀ ਕੀਤੀ ਗਈ ਸੀ। ਜਿਹੜੇ ਸੁਧਾਰ ਦੀ ਗੱਲ ਕੀਤੀ ਸੀ ਉਹ ਕੀਤੀ ਕਿਹਨਾਂ ਨੇ ਸੀ? ਅੱਜ ਵੀ ਉਹੀ ਕਰਦੇ ਆ, ਸਵਰਨ ਜਾਤੀ ਦੇ ਲੋਕ ਕਹਿ ਦਿੰਦੇ ਆ ਤੇ ਉੱਪਰਲਾ ਵਰਗ ਕਹਿ ਦਿੰਦੇ ਆ। ਪਰ ਉਹ ਕਰਦਾ ਕਿਉਂ ਆ? ਕਿਉਂਕਿ ਰਾਜਸੀ ਸੁਧਾਰ ਹੋ ਗਈਆਂ ਕਰਨਾ ਚਾਹੁੰਦੇ, ਉਹ ਸੱਤਾ ਮੰਨਣੀ ਚਾਹੁੰਦੇ, ਤੇ ਸੱਤਾ ਮੰਨਣ ਵਾਸਤੇ ਆਪਦੀਆਂ ਕਮੀਆਂ ਦੂਰ ਕਰਕੇ ਏਕਾ ਕਰਨਾ ਜ਼ਰੂਰੀ ਹੈ, ਕਿਉਂਕਿ ਲੋਕਤੰਤਰ 'ਚ ਸਿਰਾਂ ਦੀ ਗਿਣਤੀ ਦਾ ਮੁੱਲ ਹੁੰਦਾ। ਤੇ ਸਿਰਾਂ ਦੀ ਗਿਣਤੀ ਦਾ ਵਧਾਉਣ ਵਾਸਤੇ ਉਹਨਾਂ ਵੱਲੋਂ ਦੋਸਤੋ ਚੇਂਜ ਕੀਤਾ ਜਾ ਰਿਹਾ, ਪਰ ਉਹ ਸਮਾਜ ਦੀ ਸਥਿਤੀ ਨੂੰ ਚੇਂਜ ਨਹੀਂ ਕਰਨਾ ਚਾਹੁੰਦੇ। ਸਿਰਫ ਕੀ ਆ, ਉਹਨਾਂ ਦੀ ਗੱਲ ਕਰਕੇ ਸਿਰਫ ਸੱਤਾ ਹਟਾਉਣੀ ਚਾਹੁੰਦੇ ਆ। ਉਹ ਅੰਗਰੇਜ਼ਾਂ ਦੇ ਟਾਈਮ ਵੀ ਉਹੀ ਲੋਕ ਸੀਗੇ, ਅੱਜ ਵੀ ਉਹੀ ਲੋਕ ਨੇ ਜਿਹੜੇ ਸਿਰਫ ਸੱਤਾ ਹਟਾਉਣੀ ਚਾਹੁੰਦੇ ਆ। ਸਿਰਫ ਉਹ ਸਮਾਜਿਕ ਬਦਲਾਅ ਨਹੀਂ ਚਾਹੁੰਦੇ ਦੋਸਤੋ, ਉਹ ਜਿਹੜੇ ਬਦਲਾਅ ਦੀ ਗੱਲ ਕਰਦੇ ਆ ਤੁਸੀਂ ਬਿਹਤਰ ਜਾਣਦੇ ਹੋ, ਕਮੈਂਟ ਬਾਕਸ 'ਚ ਲਿਖ ਕੇ ਦੱਸਿਓ ਜਿਹੜੇ ਸਮਝ ਰੱਖਦੇ ਹੋ। ਇੱਕ ਜਾਤ ਪਾਤ ਤੋੜਕ ਮੰਡਲ 1936 ਦੇ ਵਿੱਚ ਬਣਿਆ ਜਿਹਦੇ 'ਚ ਕੋਈ ਵੀ ਦਲਿਤ ਮੈਂਬਰ ਨਹੀਂ ਸੀ, ਕਿਉਂਕਿ ਉਹ ਵੀ ਸੱਤਾ ਦੇ ਲੈਣਾ ਚਾਹੁੰਦੇ ਸੀਗੇ। ਉਹਦੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਨੂੰ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਇੱਕ ਵਾਰ ਬੁਲਾਇਆ ਵੀ, ਉਦੋਂ ਪਹਿਲਾਂ ਉਹਨਾਂ ਨੇ ਇੱਕ ਉਹਨਾਂ ਨੂੰ ਆਪਦੀ ਸੋਚ ਦੀ ਤਰਜਮਾਨੀ ਕਰਦਾ ਇੱਕ ਲੈਟਰ ਲਿਖਿਆ, ਉਹ ਲੈਟਰ ਪੜ੍ਹ ਕੇ ਉਹਨਾਂ ਨੇ ਉਸ ਤੋਂ ਬਾਅਦ ਉਹਨਾਂ ਨੂੰ ਕਿਹਾ ਕਿ ਇੱਥੋਂ ਜਿਹੜੇ ਹਿੰਦੂ ਆ ਉਹ ਕਿਤੇ ਨਾ ਕਿਤੇ ਥੋੜ੍ਹਾ ਵਿਰੋਧ ਕਰਦੇ ਆ। ਅੰਮ੍ਰਿਤਸਰ ਦੀ ਗੱਲ ਕੀਤੀ ਸੀ, ਪਰ ਉਹ ਵਿਰੋਧ ਕਾਹਦਾ ਕਰਦੇ ਸੀ? ਕਿਉਂਕਿ ਉਦੋਂ ਪਹਿਲਾਂ ਸਿੱਖ ਪ੍ਰਚਾਰਕ ਸੰਮੇਲਨ ਹੋਇਆ ਸਿੱਖਾਂ ਵੱਲੋਂ ਕਰਾਇਆ, ਜਿਹਦੇ 'ਚ ਡਾਕਟਰ ਬੀ ਆਰ ਅੰਬੇਦਕਰ ਨੇ ਆ ਕੇ ਮਾਗੇ ਕੀ ਆ ਆਪਦੇ ਕੀ ਆ ਹਿੰਦ ਦੀ ਲੜਾਈ ਲੜਨ ਵਾਸਤੇ ਪ੍ਰੇਰਿਤ ਕੀਤਾ ਸੀ। ਤੇ ਉਹਨਾਂ ਨੂੰ ਇਹ ਲੱਗਿਆ ਕਿਤੇ ਮਨੋਰਟੀਆਂ ਇਕੱਠੀਆਂ ਨਾ ਹੋ ਜਾਣ ਉਸ ਸਮੇਂ ਦੇ ਜਿਹੜੇ ਕੀ ਆ ਉੱਥੇ ਬੈਠੇ ਸੀ ਮੂਹਰਲੇ
ਤਾਂ ਫਿਰ ਕੀ ਆ ਸਾਡੀ ਕੁਰਸੀਆਂ ਨੂੰ ਖਤਰਾ ਪੈ ਜਾਊ। ਉਦੋਂ ਵੀ ਉਹਨਾਂ ਨੇ ਵਿਰੋਧ ਕੀਤਾ ਤੇ ਅੱਜ ਵੀ ਉਹ ਲੋਕ ਵਿਰੋਧ ਵੀ ਕਰਦੇ ਆ ਤੇ ਲੋਕਤੰਤਰ ਦੇ ਵਿੱਚ ਲੋਕਾਂ ਨੂੰ ਵੰਡ ਕੇ ਰਾਜ ਕਰਦੇ ਆ ਜਾਤਾਂ ਦੇ ਆਧਾਰ ਤੇ ਧਰਮਾਂ ਦੇ ਆਧਾਰ ਤੇ। ਇਹਨਾਂ ਚੀਜ਼ਾਂ ਨੂੰ ਸਾਨੂੰ ਸਮਝਣ ਦੀ ਲੋੜ ਆ ਜਿਹੜੀ ਡਾਕਟਰ ਬੀ ਆਰ ਅੰਬੇਦਕਰ ਸਾਨੂੰ ਕਹਿ ਕੇ ਗਏ ਆ। ਹੁਣ ਜਾਤ ਪਾਤ ਦੋਸਤੋ ਅੰਤਰਰਾਜੀ ਬਾਕੀ ਅੰਤਰਜਾਤੀ ਜਿਹੜੇ ਵਿਆਹ ਹੁੰਦੇ ਆ ਜਾਂ ਭੋਜਨ ਹੁੰਦੇ ਆ ਉਹਨਾਂ ਨਾਲ ਖਤਮ ਨਹੀਂ ਹੋਣਾ। ਅਸਲ 'ਚ ਉਹ ਸੋਚ ਨੂੰ ਖਤਮ ਕਰਨਾ ਪੈਣਾ ਜਿਹੜੀ ਸੋਚ ਨੂੰ ਨਕਾਰਿਆ ਸਾਡੇ ਬੁੱਧ ਨੇ ਵੀ ਸੀ, ਸਾਡੇ ਬਾਬੇ ਨਾਨਕ ਨੇ ਵੀ ਨਕਾਰਿਆ ਸੀ। ਨਕਾਰਿਆ ਕਿਵੇਂ ਸੀ ਸਾਰੇ ਜਾਣਦੇ ਹੋ। ਵਿਰੋਧ ਕੀਤਾ ਸੀ, ਸਮ੍ਰਿਤੀਆਂ ਦਾ ਵਿਰੋਧ ਕਰਦੇ ਸੀ ਤੇ ਕਿਤੇ ਨਾ ਕਿਤੇ ਮਨੂ ਸਮ੍ਰਿਤੀ ਨੂੰ ਡਾਕਟਰ ਬੀ ਆਰ ਅੰਬੇਦਕਰ ਨੇ ਵੀ ਦੋਸਤੋ ਜਾ ਕੇ ਸਾਊਥ ਦੇ ਵਿੱਚ ਸਾੜਿਆ ਵੀ ਸੀ, ਕਿਉਂਕਿ ਉਹਨੂੰ ਸਾੜਨਾ ਜ਼ਰੂਰੀ ਹੈ ਉਹ ਸੋਚ ਨੂੰ। ਸਾਨੂੰ ਮਨ ਦੇ ਵਿੱਚੋਂ ਕੀ ਹੈ ਖਤਮ ਕਰਨਾ ਪੈਣਾ ਜੇ ਚੀਜ਼ ਅਸਲ ਦੇ ਵਿੱਚ ਤੁਸੀਂ ਸਮਾਜ ਦੇ ਵਿੱਚ ਬਰਾਬਰਤਾ ਚਾਹੁੰਦੇ ਹੋ, ਜਿਹੜਾ ਸਾਡਾ ਸਿੱਖ ਧਰਮ ਵੀ ਸਾਨੂੰ ਕਹਿੰਦਾ। ਪਰ ਅਸੀਂ ਆਪਦੇ ਉਸੇ ਧਰਮਾਂ ਦੇ ਨਾਂ ਦੇ ਉੱਤੇ ਗੁਰੂ ਘਰ ਖੜੇ ਕਰ ਰੱਖੇ ਨੇ। ਅਸੀਂ ਡੈਮੋਕਰੇਸੀ ਦੇ ਨੈਸ਼ਨਲਿਜ਼ਮ ਦਾ ਪਾਠ ਜਿਹੜਾ ਗਾਂਧੀ ਨੇ ਸਾਨੂੰ ਪੜ੍ਹਾਇਆ ਸੀ ਅਸੀਂ ਉਹੀ ਅੱਜ ਫੋਲੋ ਕਰੀ ਜਾਂਦੇ ਹਾਂ। ਡੈਮੋਕਰੇਸੀ ਆ ਉਹ ਏਕਾ ਕਰਨਾ ਸਿਖਾਉਂਦੀ ਆ, ਪਰ ਅਸੀਂ ਕਿਹੜੀ ਡੈਮੋਕਰੇਸੀ ਦਾ ਸਮਝ ਲਈ ਆ। ਇਸੇ ਕਰਕੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਡੈਮੋਕਰੇਸੀ ਕੋਈ ਰੱਬ ਨੇ ਨਹੀਂ ਬਣਾਈ, ਬੰਦੇ ਨੇ ਬਣਾਈ, ਉਹਦਾ ਫਾਇਦਾ ਫਿਰ ਹੀ ਸਹੀ ਲਿਆ ਜਾ ਸਕਦਾ ਜੇ ਬੰਦਾ ਡੈਮੋਕਰੇਸੀ ਨੂੰ ਸਹੀ ਰੂਪ ਦੇ ਵਿੱਚ ਸਮਝੂਗਾ। ਇਹਦੇ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਹਾਂ, ਆਜ਼ਾਦੀ ਤੋਂ ਪਹਿਲਾਂ ਬਲਦੇਵ ਸਿੰਘ ਵਰਗਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਬੀ ਆਰ ਅੰਬੇਦਕਰ ਜੀ ਨੇ ਵੀ ਬਹੁਤ ਕੀਤੀ ਸੀ, ਪਰ ਉਹ ਸਮਝੇ ਨਹੀਂ। ਤੇ ਉਹਨਾਂ ਨੇ ਉਦੋਂ ਵੀ ਕਿਹਾ ਸੀ ਕਿ ਸਾਨੂੰ ਵਰਗ ਦੀ ਲੜਾਈ, ਕਹਿੰਦੇ ਮੈਨੂੰ ਮੇਰੀ ਪਹਿਲਾਂ ਵੀ ਮਾਰਦੇ ਵਰਗ ਪ੍ਰਤੀ ਵਫਾਦਾਰੀ ਮੇਰੀ ਪਹਿਲਾਂ, ਅੱਜ ਸਾਡੀ ਵੀ ਵਫਾਦਾਰੀ ਸਾਡੀ ਕੌਮ ਪ੍ਰਤੀ ਪਹਿਲਾਂ। ਅਸੀਂ ਕੀ ਆ ਮੁਲਕ ਦੇ ਕੋਈ ਟੋਟੇ ਨਹੀਂ ਚਾਹੁੰਦੇ, ਅਸੀਂ ਕਹਿੰਦੇ ਹਾਂ ਠੀਕ ਹੈ ਨਾ ਵੀ ਸਭ ਰਲ ਮਿਲ ਕੇ ਰਹਿਣਾ, ਪਰ ਉਹਦੇ ਵਾਸਤੇ ਸਾਡਾ ਸੁਰੱਖਿਅਤ ਹੋਣਾ ਜ਼ਰੂਰੀ ਹੈ। ਤੇ ਸੁਰੱਖਿਅਤ ਹੋਣ ਵਾਸਤੇ ਸਾਨੂੰ ਰਲ ਮਿਲ ਕੇ ਸੰਵਿਧਾਨਕ ਤਰੀਕੇ ਨਾਲ ਸੰਵਿਧਾਨਕ ਹੱਕਾਂ ਦੀ ਲੜਾਈ ਲੜਨ ਵਾਸਤੇ ਕੌਮੀ ਇਨਸਾਫ਼ ਮੋਰਚੇ 'ਚ ਤੁਹਾਨੂੰ ਆਉਣਾ ਪੈਣਾ। ਕੌਮੀ ਇਨਸਾਫ਼ ਮੋਰਚਾ ਇੱਕੋ ਇੱਕ ਮੋਰਚਾ ਪੰਜਾਬ ਦੇ ਵਿੱਚ ਰਹਿ ਗਿਆ ਜਿਹੜਾ ਸੰਵਿਧਾਨਕ ਤਰੀਕੇ ਨਾਲ ਲੜਿਆ ਜਾ ਰਿਹਾ। 16 ਅਪ੍ਰੈਲ ਨੂੰ ਪਰਸੋਂ ਦੇ ਦਿਨ ਇੱਕ ਪ੍ਰੋਗਰਾਮ ਰੱਖਿਆ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਸੋਚ ਦੇ ਜਿਹੜੇ ਧਾਰਨੀ ਆ ਅੰਬੇਦਕਰਵਾਦੀ ਨੇ ਮੈਂ ਕਹਿਣਾ, ਉਹ ਲੋਕ ਉਸ ਸਮਾਗਮ 'ਚ ਪਹੁੰਚਣ ਜਿਹੜਾ 11 ਵਜੇ ਸ਼ੁਰੂ ਹੋਣਾ ਕੌਮੀ ਇਨਸਾਫ਼ ਮੋਰਚੇ ਦੇ ਵਿੱਚ। ਤੇ ਦੋਸਤੋ ਇੱਕ ਬੇਨਤੀ ਕਰਦਾ, ਲਾਈਵ ਦੀ ਪੋਸਟ ਮਾਰ ਕੇ ਲਾਈਵ ਦੇ ਉੱਤੇ ਇੱਕ ਰਿਸਟ੍ਰਿਕਸ਼ਨ ਲੱਗੀ ਆ 29 ਦਿਨਾਂ ਵਾਸਤੇ। ਉਹ ਸਮਝ ਨਹੀਂ ਆਈ ਕਿਉਂ ਲੱਗੀ ਹੈ, ਕਿਉਂਕਿ ਅਜੇ ਤੱਕ ਅਸੀਂ ਕੋਈ ਕਿਸੇ ਤਰ੍ਹਾਂ ਦੀ ਪੋਸਟ ਗਲਤ ਅਨਸਰ ਦੇ ਕੇ ਮਾਰ ਕੇ ਬਾਰੇ ਨਹੀਂ ਪਾਈ ਜਾਂ ਗਲਤ ਚੀਜ਼ਾਂ ਬਾਰੇ ਨਹੀਂ ਪਾਈ। ਉਹ ਰੋਕ ਕਿਉਂ ਲੱਗੀ ਆ ਉਹ ਨਹੀਂ ਸਾਨੂੰ ਪਤਾ, ਪਰ ਇਸ ਪੋਸਟ ਨੂੰ ਇਸੇ ਕਰਕੇ ਰਿਕਾਰਡ ਕਰਕੇ ਪਾ ਰਹੇ ਹਾਂ। ਪਰ ਤੁਸੀਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਸੁਨੇਹਾ ਲੱਗ ਸਕੇ ਤੇ ਉਹਨਾਂ ਦੀ ਸੋਚ ਦੇ ਜਿਹੜੇ ਡਾਕਟਰ ਬੀ ਆਰ ਅੰਬੇਦਕਰ ਦੀ ਸੋਚ ਦੇ ਧਾਰਨੀਆਂ ਤੇ ਮੰਨਦੇ ਹੋ ਕਿ ਸਾਡੇ ਗੁਰੂਆਂ ਦੇ ਫਲਸਫੇ ਨੂੰ ਅਸਲ ਮੰਨਣ ਵਾਲਾ ਡਾਕਟਰ ਬੀ ਆਰ ਅੰਬੇਦਕਰ ਹੈਗੇ ਆ, ਤਾਂ ਕੌਮੀ ਇਨਸਾਫ਼ ਮੋਰਚੇ ਦੇ ਵਿੱਚ 16 ਅਪ੍ਰੈਲ ਨੂੰ ਵੀ ਪਹੁੰਚਿਓ ਤੇ 15 ਅਪ੍ਰੈਲ ਨੂੰ ਮਗੇ ਕਬੱਡੀ ਦੇ ਮੈਚ ਹੋ ਰਿਹਾ ਉੱਥੇ ਸ਼ਾਮ ਨੂੰ ਤੇ ਉਦੋਂ ਪਹਿਲਾਂ ਮਹੱਲਾ ਨਿਕਲ ਆਉ ਚ ਵੀ ਸ਼ਾਮਲ ਹੋਇਓ ਤੇ ਕੌਮੀ ਇਨਸਾਫ਼ ਮੋਰਚੇ ਦੇ ਹਰ ਪ੍ਰੋਗਰਾਮ ਦਾ ਸੁਨੇਹਾ ਤੁਹਾਨੂੰ ਦਿੰਦੇ ਰਹਾਂਗੇ। ਸ਼ਾਮਲ ਹੁੰਦੇ ਰਹੋ ਤੇ ਸਲਾਮ ਕਰਦੇ ਹਾਂ ਅੱਜ ਉਸ ਯੋਧੇ ਨੂੰ ਬੀ ਆਰ ਅੰਬੇਦਕਰ ਨੂੰ ਜਿਹਦੇ ਸਮਾਜ ਦੇ ਵਿੱਚ ਉਹ ਲੜਾਈ ਲੜੀ ਸੀ ਜਿਹੜੀ ਸਾਡੇ ਗੁਰੂ ਲੜਨ ਨੂੰ ਕਹਿ ਕੇ ਗਏ ਆ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।